ਸਟੈਪਿੰਗ ਸਟੋਨ PSL ਪੰਜਾਬੀ ਰੀਡਰ 4A ਵਿੱਚ ਤੁਹਾਨੂੰ ਜੀ ਆਇਆਂ ਨੂੰ ਇਹ ਦਰਮਿਆਨੇ ਲੈਵਲ ਦੀ ਪੰਜਾਬੀ ਦਾ ਕੋਰਸ ਹੈ ਇਸ ਕੋਰਸ ਦੇ ਵਿੱਚ ਤੁਸੀਂ ਹੋਰ ਵੀ ਵਧੀਆ ਪੰਜਾਬੀ ਪੜ੍ਹਨੀ ਲਿਖਣੀ ਅਤੇ ਬੋਲਣੀ ਸਿੱਖੋਗੇ ਤੁਸੀਂ ਇੰਗਲਿਸ਼ ਦੇ ਵਿੱਚ 150 ਸ਼ਬਦ ਪੜ੍ਹ ਸਕਦੇ ਹੋ ਤੁਸੀਂ ਪੰਜਾਬੀ ਵਿੱਚ ਕਿੰਨੇ ਸ਼ਬਦ ਪੜ੍ਹ ਸਕਦੇ ਹੋ ਸ਼ਾਇਦ ਤੁਸੀਂ ਕਦੇ ਖਿਆਲ ਨਹੀਂ ਕੀਤਾ ਹੋਣਾ ਜੇ ਨਹੀਂ ਕੀਤਾ ਤਾਂ ਤੁਸੀਂ ਹੁਣ ਤੋਂ ਖਿਆਲ ਕਰੋਗੇ ਤੁਸੀਂ 1 ਮਿੰਟ ਹਰ ਰੋਜ਼ ਪੰਜਾਬੀ ਪੜ੍ਹੋਗੇ ਅਤੇ ਦੇਖੋਗੇ ਕਿ ਤੁਸੀਂ ਕਿੰਨੇ ਸ਼ਬਦ ਪੜ੍ਹ ਸਕਦੇ ਹੋ ਇਹਦਾ ਤੁਸੀਂ ਇੱਕ ਲੌਗ ਬਣਾਓਗੇ ਅਤੇ ਤੁਸੀਂ ਦੇਖੋਗੇ ਕਿ ਹਰ ਰੋਜ਼ 1 ਮਿੰਟ ਪੰਜਾਬੀ ਪੜ੍ਹ ਕੇ ਤੁਹਾਡੀ ਪੰਜਾਬੀ ਦੀ ਰਵਾਨਗੀ ਪੰਜਾਬੀ ਦੀ ਫਲੂਐਂਸੀ ਕਿੰਨੀ ਵੱਧ ਜਾਏਗੀ ਅਤੇ ਬਹੁਤ ਤੁਹਾਨੂੰ ਚੰਗਾ ਲੱਗੇਗਾ ਅਤੇ ਸਾਨੂੰ ਵੀ ਚੰਗਾ ਲੱਗੇਗਾ ਇਸ ਕਿਤਾਬ ਦੇ ਵਿੱਚ 24 ਪਾਠ ਨੇ ਹਰ ਪਾਠ ਦੇ ਵਿੱਚ ਅਸੀਂ ਕੋਈ ਨਵੀਂ ਗੱਲ ਸਿੱਖਾਂਗੇ ਨਵੀਂ ਚੀਜ਼ ਸਿੱਖਾਂਗੇ ਨਵੇਂ ਸ਼ਬਦ ਸਿੱਖਾਂਗੇ ਨਵੀਂ ਪੜ੍ਹਾਈ ਸਿੱਖਾਂਗੇ ਅਤੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਸਾਡਾ ਪਹਿਲਾ ਦਿਨ ਹੈ ਤਾਂ ਅਸੀਂ ਇੱਕ ਦੂਸਰੇ ਨੂੰ ਜੀ ਆਇਆਂ ਆਖਾਂਗੇ ਇੱਕ ਦੂਸਰੇ ਨੂੰ ਮਿਲਾਂਗੇ ਅਤੇ ਤੁਸੀਂ ਪੰਜਾਬੀ ਦੇ ਵਿੱਚ ਜਾਣਦੇ ਹੋ ਕਿ ਅਸੀਂ ਸਤਿ ਸ਼੍ਰੀ ਅਕਾਲ ਜੀ ਕਹਿ ਸਕਦੇ ਹਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਹਿ ਸਕਦੇ ਹਾਂ ਅਤੇ ਤੁਸੀਂ ਜ਼ੂਮ 'ਤੇ ਮਿਲ ਰਹੇ ਹੋ ਜਾਂ ਪਰਸਨ ਵਿੱਚ ਮਿਲ ਰਹੇ ਹੋ ਤਾਂ ਤੁਸੀਂ ਇੱਕ ਦੂਸਰੇ ਨਾਲ ਇਹ ਗ੍ਰੀਟਿੰਗ ਸ਼ੇਅਰ ਕਰੋਗੇ ਅਤੇ ਨਾਲ ਤੁਸੀਂ ਆਪਣਾ ਨਾਂ ਉਹਨਾਂ ਨੂੰ ਦੱਸੋਗੇ ਅਤੇ ਇੱਕ ਗੱਲ ਨਵੀਂ ਤੁਸੀਂ ਉਹਨਾਂ ਨੂੰ ਕਹੋਗੇ ਤੁਸੀਂ ਕਹੋਗੇ ਮਿਲ ਕੇ ਖੁਸ਼ੀ ਹੋਈ ਮੇਰੇ ਪਿੱਛੇ ਬੋਲੋ ਮਿਲ ਕੇ ਖੁਸ਼ੀ ਹੋਈ ਨਾਈਸ ਟੂ ਮੀਟ ਯੂ ਠੀਕ ਹੈ ਅਤੇ ਇਹ ਤੁਸੀਂ ਦੋਨੋਂ ਤਰੀਕੇ ਆਪਣੇ ਫਰੈਂਡ ਨਾਲ ਪ੍ਰੈਕਟਿਸ ਕਰੋਗੇ ਫਿਰ ਜਦੋਂ ਅਸੀਂ ਗੱਲਬਾਤ ਖਤਮ ਕਰ ਲੈਂਦੇ ਹਾਂ ਤਾਂ ਅਸੀਂ ਬਾਏ ਕਹਿਣਾ ਹੁੰਦਾ ਤਾਂ ਅਸੀਂ ਪੰਜਾਬੀ ਵਿੱਚ ਬਾਏ ਕਹਿੰਦੇ ਹਾਂ ਕਿਸ ਤਰ੍ਹਾਂ ਅਸੀਂ ਫਿਰ ਕਹਾਂਗੇ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਜਾਂ ਅਸੀਂ ਕਹਿ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਇਹ ਦੋਨੋਂ ਚੀਜ਼ਾਂ ਆਪਣੇ ਫਰੈਂਡ ਨਾਲ ਪ੍ਰੈਕਟਿਸ ਕਰੋਗੇ ਇਸ ਪਾਠ ਦਾ ਦੂਸਰਾ ਸੈਕਸ਼ਨ ਹੈਗਾ ਆਸਕਿੰਗ ਫੋਰ ਹੈਲਪ ਜੇ ਮਦਦ ਦੀ ਜ਼ਰੂਰਤ ਹੋਈ ਅਸੀਂ ਪੰਜਾਬੀ ਵਿੱਚ ਮਦਦ ਕਿਸ ਤਰ੍ਹਾਂ ਮੰਗਣੀ ਹੈ ਤੁਸੀਂ ਇੰਗਲਿਸ਼ ਵਿੱਚ ਤਾਂ ਜਾਣਦੇ ਹੋ ਆਈ ਨੀਡ ਹੈਲਪ ਕੈਨ ਯੂ ਹੈਲਪ ਮੀ ਰਾਈਟ ਪੰਜਾਬੀ ਵਿੱਚ ਕਿਸ ਤਰ੍ਹਾਂ ਕਹੋਗੇ ਕਿ ਤੁਹਾਡੇ ਨਾਲ ਕਦੀ ਇਹ ਹੋਇਆ ਹੈ ਕਿ ਕਲਾਸ ਵਿੱਚ ਤੁਹਾਡੇ ਟੀਚਰ ਨੇ ਕੋਈ ਗੱਲ ਕਹੀ ਪਰ ਤੁਹਾਨੂੰ ਸਮਝ ਨਹੀਂ ਆਈ ਕਦੀ ਕਦੀ ਹੋ ਸਕਦਾ ਹੈ ਤੁਸੀਂ ਟੀਚਰ ਨੂੰ ਕਿਵੇਂ ਦੱਸੋਗੇ ਕਿ ਤੁਹਾਨੂੰ ਸਮਝ ਨਹੀਂ ਆਈ ਇਸ ਪਾਠ ਵਿੱਚ ਅਸੀਂ ਸਿੱਖਾਂਗੇ ਕਿ ਅਸੀਂ ਟੀਚਰ ਕੋਲੋਂ ਮਦਦ ਕਿਵੇਂ ਲੈ ਸਕਦੇ ਹਾਂ ਟੀਚਰ ਕਹਿ ਰਹੇ ਨੇ ਸਮਝ ਆ ਗਈ ਤੇ ਸਟੂਡੈਂਟ ਅੱਗੋਂ ਕੀ ਕਹਿ ਸਕਦੇ ਨੇ ਟੀਚਰ ਜੀ ਆਂਟੀ ਜੀ ਅੰਕਲ ਜੀ ਮੈਡਮ ਸਰ ਤੁਸੀਂ ਕੋਈ ਵੀ ਸ਼ਬਦ ਵਰਤ ਸਕਦੇ ਹੋ ਭੈਣ ਜੀ ਵੀ ਕਹਿ ਸਕਦੇ ਹੋ ਤੇ ਚਾਰ ਤਰੀਕਿਆਂ ਨਾਲ ਤੁਸੀਂ ਮਦਦ ਪੁੱਛ ਸਕਦੇ ਹੋ ਲੈ ਸਕਦੇ ਹੋ ਉਹਨਾਂ ਕੋਲੋਂ ਇੱਕ ਕਹਿ ਸਕਦੇ ਹੋ ਮੈਨੂੰ ਸਮਝ ਨਹੀਂ ਆਈ ਇੱਕ ਵਾਰੀ ਫਿਰ ਦੱਸ ਸਕਦੇ ਹੋ ਤਰੀਕਾ ਨੰਬਰ 2 ਮੈਨੂੰ ਸੁਣਿਆ ਨਹੀਂ ਇੱਕ ਵਾਰੀ ਫਿਰ ਦੱਸ ਸਕਦੇ ਹੋ ਸਕਦਾ ਨਾ ਤੁਸੀਂ ਧਿਆਨ ਨਾ ਦਿੱਤਾ ਹੋਵੇ ਤੁਸੀਂ ਅਟੈਂਸ਼ਨ ਨਾ ਪੇ ਕੀਤੀ ਹੋਵੇ ਤਰੀਕਾ ਨੰਬਰ 3 ਤੁਸੀਂ ਕੀ ਕਿਹਾ ਇੱਕ ਵਾਰੀ ਫਿਰ ਦੱਸ ਸਕਦੇ ਹੋ ਤਰੀਕਾ ਨੰਬਰ 4 ਇੱਕ ਵਾਰੀ ਫਿਰ ਦੱਸ ਸਕਦੇ ਹੋ ਸੋ ਤੁਸੀਂ ਇਸ ਚਾਰ ਤਰੀਕਿਆਂ ਵਿੱਚੋਂ ਕਿਹੜੇ ਤਰੀਕੇ ਨਾਲ ਮਦਦ ਲੈਣੀ ਚਾਹੋਗੇ ਟੀਚਰ ਕੋਲੋਂ ਉਹ ਤਰੀਕਾ ਤੁਸੀਂ ਇਹਨਾਂ ਲਾਈਨਾਂ 'ਤੇ 2 ਵਾਰੀ ਲਿਖੋਗੇ ਇਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਬੋਲਣ ਦੀ ਪ੍ਰੈਕਟਿਸ ਹੋ ਜਾਏਗੀ ਤੁਹਾਨੂੰ ਲਿਖਣ ਦੀ ਪ੍ਰੈਕਟਿਸ ਹੋ ਜਾਏਗੀ ਅਤੇ ਤੁਹਾਨੂੰ ਪੜ੍ਹਨ ਦੀ ਵੀ ਪ੍ਰੈਕਟਿਸ ਹੋ ਜਾਏਗੀ ਪੰਜਾਬੀ ਠੀਕ ਹੈ ਅਸੀਂ ਜਿੰਨੀ ਵੀ ਤਰ੍ਹਾਂ ਨਾਲ ਕੋਸ਼ਿਸ਼ ਕਰੀਏ ਅਸੀਂ ਪੰਜਾਬੀ ਪੜ੍ਹਨੀ ਵੀ ਸਿੱਖਣੀ ਹੈ ਬੋਲਣੀ ਵੀ ਸਿੱਖਣੀ ਹੈ ਅਤੇ ਲਿਖਣੀ ਵੀ ਸਿੱਖਣੀ ਹੈ ਠੀਕ ਹੈ ਤੁਹਾਨੂੰ ਇੰਗਲਿਸ਼ ਦੇ ਕਿੰਨੇ ਫਰੇਜ਼ ਆਉਂਦੇ ਨੇ ਠੀਕ ਹੈ ਕਾਮਨ ਫਰੇਜ਼ਿਸ ਐਂਡ ਗ੍ਰੀਟਿੰਗਸ ਅਤੇ ਅਸੀਂ ਕਈ ਵਾਰੀ ਦਿਨ ਦੇ ਵਿੱਚ ਇਹ ਗੱਲਾਂ ਬੋਲਦੇ ਹਾਂ ਕਿ ਤੁਹਾਨੂੰ ਪਤਾ ਕਿ ਇਹ ਪੰਜਾਬੀ ਵਿੱਚ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਬੋਲ ਸਕਦੇ ਹਾਂ ਪੰਜਾਬੀ ਫਰੇਜ਼ ਕੀ ਨੇ ਜਿਵੇਂ ਡੋਂਟ ਵਰੀ ਪੰਜਾਬੀ 'ਚ ਕੀ ਕਹਾਂਗੇ ਫਿਕਰ ਨਾ ਕਰ ਮੇਰੀ ਗੱਲ ਸੁਣ ਲਿਸਨ ਟੂ ਮੀ ਰਾਈਟ ਆਈ ਐਮ ਸੋਰੀ ਮੈਨੂੰ ਅਫਸੋਸ ਹੈ ਵਧਾਈਆਂ ਦੇਖ ਧਿਆਨ ਨਾਲ ਕਿਉਂ ਕਦ ਕਦੋਂ ਇਹ ਕਿਵੇਂ ਹੋਇਆ ਕੀ ਹੋਇਆ ਚੱਲ ਕੋਈ ਨਹੀਂ ਛੱਡ ਛੱਡ ਭੁੱਲ ਜਾ ਕੋਈ ਨਹੀਂ ਫਿਕਰ ਨਾ ਕਰ ਕੋਈ ਨਹੀਂ ਕੋਈ ਨਹੀਂ ਇਜ਼ ਵੈਰੀ ਪਾਪੂਲਰ ਇਨ ਪੰਜਾਬੀ ਧਿਆਨ ਨਾਲ ਤੂੰ ਠੀਕ ਹੈ ਤੁਸੀਂ ਠੀਕ ਹੋ ਉਹ ਬਹੁਤ ਮਾੜਾ ਹੋਇਆ ਫਿਰ ਮਿਲਾਂਗੇ ਚੱਲ ਚੱਲੀਏ ਮੈਨੂੰ ਤੰਗ ਨਾ ਕਰ ਕੁਝ ਕਰ ਡੂ ਸਮਥਿੰਗ ਰਾਈਟ ਸੋ ਇਹ ਤੁਸੀਂ ਫਰੇਜ਼ ਦੁਬਾਰਾ ਪੜ੍ਹੋਗੇ ਅਤੇ ਫਿਰ ਇਹਨਾਂ ਨੂੰ ਬਾਅਦ ਵਿੱਚ ਕਾਪੀ ਕਰੋਗੇ ਆਪਣੀ ਵੀਡੀਓ ਜਦੋਂ ਖਤਮ ਹੋ ਜਾਏਗੀ ਜਾਂ ਮੰਡੇ ਹੋਮਵਰਕ 'ਚ ਕਰੋਗੇ ਠੀਕ ਹੈ ਸੋ ਮੇਕ ਸ਼ੋਰ ਯੂ ਲਰਨ ਦੀਸ ਯੂ ਮੈਮੋਰਾਈਜ਼ ਦੀਸ ਕਿਉਂਕਿ ਇਹ ਤੁਹਾਡੇ ਹਰ ਰੋਜ਼ ਕੰਮ ਆਉਣ ਵਾਲੇ ਸ਼ਬਦ ਨੇ ਟਿਊਸਡੇ ਦਾ ਹੋਮਵਰਕ ਤੁਹਾਡਾ ਕੀ ਹੋਏਗਾ ਤੁਸੀਂ ਆਪਣੇ ਬਾਰੇ ਵਿੱਚ
इनफॉर्मेशन लिखनी है, यह सारी तुसी इंस्ट्रक्शंस पढ़ लेना, तो तुसी भावें पहले इंग्लिश विच लिखना फिर पंजाबी लिखना, पर नैक्सट वीक तुसी जदों आओगे अगले हफ्ते अपनी क्लास दे विच जाओगे तो तुसी अपने इंट्रोडक्शन दोगे, सारियां नूं अपने बारे दसोगे ता कि सारे तुहानूं जाण सकन पछाण सकन। तुसी पूरा साल बिताना एक दूसरे नाल इकट्ठे, राइट। वेंसडे का बुधवार का होमवर्क की करोगे, तुसी तुसी पंजाबी दे विच गुरमुखी नंबर भी सीखने ने, आप काउंटिंग तो सीखी हुई है ऑलरेडी, है ना, तुहानू एक दो तीन चार पाँच छे सत्त अठ नौ दस आंदा है, ते हुण तुसी नाल नाल गुरमुखी नंबर भी सीख रहे हो। जिहड़े असी लिखते हैं ना नंबर, यह लिखा हुआ जिवें इहनू असी अरेबिक नंबर कहने हैं, तो यह गुरमुखी नंबर थोड़े जे वक्रे ने, कई नंबर तो सेम ही ने, जिवें सत्त नंबर सेम ही है, राइट, दो नंबर ऑलमोस्ट सेम ही है, तीन नंबर ऑलमोस्ट सेम ही है, पर कई नंबर बिल्कुल वक्रे ने। सो यह तुसी नौ नंबर अक्षर जरूर सीख लेने ने ता कि तुसी सारे गुरबाणी दे नंबर पढ़ सको, ठीक है। सो यह तुहाडा बुधवार का होमवर्क होएगा। सो ईजी सी ना, सो तुसी हर रोज एक मिनट पंजाबी पढ़ोगे, टाइमर ला के ते लॉग दे विच लिखोगे तुसी किन्ने शब्द पंजाबी दे पढ़े। तुसी ए वाले फ्रेजेस पढ़ सकते हो, तुसी ए इंट्रोडक्शंस वाले पढ़ सकते हो, ए वाला पैरा पढ़ सकते हो, ए पढ़ सकते हो। सो तुहाडे कोल बहुत कुछ पढ़न वाला हैगा, इस किताब विचों कोई भी लैसन तुसी पढ़ सकते हो, ठीक है। ते आपां अगले लैसन विच फिर मिलांगे, ते कोई नवी गल होर सिखांगे ओहदे विच। तद तक रोज मेहनत करना, रोज पंजाबी पढ़ना, रोज पंजाबी लिखना। I will see you next time. Vaheguru Ji Ka Khalsa, Vaheguru Ji Ki Fateh.